ਦੇ ਨਾਲ ਕੀਰਤਨ ਕਰਦੇ ਸਨ ਕਿਉਂਕਿ ਜਿਹੜਾ ਸਮਾਂ ਆਉਂਦਾ ਹੈ ਇਹ ਕਿਸੇ ਨੂੰ ਦੱਸਦਾ ਨਹੀਂ ਹੈ ਕਿ ਮੈਂ ਆ ਰਿਹਾ ਹਾਂ ਮੇਰੇ ਹਰ ਜੀਓ ਸਭ ਕੋ ਤੇਰੇ ਬਸ ਪੰਜ ਸ਼ਖਸੀਅਤਾਂ ਜਿਹੜੀਆਂ ਸਾਡੇ ਤੋਂ ਵਿਛੜੀਆਂ ਹਨ ਇਹ ਦੁਬਾਰਾ ਥੋੜ੍ਹਾ ਸਾਡੇ ਕੋਲ ਆਉਣੀਆਂ ਹਨ ਭਾਈ ਜਸਵੀਰ ਸਿੰਘ ਜੀ ਖੰਨੇ ਵਾਲੇ ਐਸੇ ਵਿਦਵਾਨ ਪੰਥ ਰਤਨ ਇਹਨਾਂ ਸਾਰਿਆਂ ਦੇ ਨਾਲ ਦਾਸ ਨੂੰ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅੱਛੇ ਕਰਮ ਕਿਉਂਕਿ ਇਹਨਾਂ ਦੇ ਜਿਹੜੇ ਲਫ਼ਜ਼ ਸਨ ਦਿਲ ਚੋਂ ਨਿਕਲਦੇ ਸਨ ਪਤਾ ਨਹੀਂ ਸਾਹਿਬਾਂ ਦੇ ਨਾਲ ਕਿਤਨਾ ਕੁ ਜੁੜੇ ਹੋਏ ਸੀ ਸਮਝਣ ਵਾਲੀ ਗੱਲ ਹੈ ਭਾਈ ਦਿਆਲ ਸਿੰਘ ਜੀ ਦਿੱਲੀ ਤੋਂ ਜਿਹੜੇ ਜਿਤਨੀ ਦੇਰ ਉਮਰ ਰਹੀ ਉਹ ਕੀਰਤਨ ਸਿਖਾਉਂਦੇ ਰਹੇ ਬੱਚਿਆਂ ਨੂੰ ਇਹਨਾਂ ਦੇ ਨਾਲ ਨਾਲ ਇੱਕ ਸ਼ਖਸੀਅਤ ਹੋਰ ਸਾਡੇ ਤੋਂ ਵਿਛੜੀ ਹੈ ਭਾਈ ਸਤਨਾਮ ਸਿੰਘ ਜੀ ਸੇਠੀ ਦਿੱਲੀ ਵਾਲੇ ਕਿਉਂਕਿ ਸਮਾਂ ਬੜਾ ਤੇਜ਼ੀ ਨਾਲ ਚੱਲਦਾ ਅਤੇ ਮੈਨੂੰ ਇਹ ਹੈ ਕਿ ਸਾਡੇ ਨਾਲ ਉਹ ਵਿਛੜੇ ਹਨ ਲੇਕਿਨ ਸਾਹਿਬਾਂ ਦੀ ਗੋਦੀ 'ਚ ਫਿਰ ਕੀਰਤਨ ਕਰਦੇ ਹੋਣਗੇ ਆਖੋ ਧੰਨ ਗੁਰੂ ਨਾਨਕ ਸਾਹਿਬ ਜੀ ਕਿਉਂਕਿ ਗੁਰੂ ਘਰ ਦੇ ਕੀਰਤਨੀਏ ਕਥਾਵਾਚਕ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਇਹ ਸਾਰੇ ਅਮਰ ਹੋ ਜਾਂਦੇ ਹਨ ਅਮਰ ਕੌਣ ਕਰਦਾ ਹੈ ਸੰਗਤ ਕਰਦੀ ਹੈ ਸੰਗਤ ਦੇ ਵਿੱਚ ਪਰਮੇਸ਼ਰ ਵੱਸਦਾ ਹੈ ਚੌਥੇ ਪਾਤਸ਼ਾਹੀ ਦੀ ਬਾਣੀ ਹਉ ਮਨ ਤਨ ਖੋਜੀ ਭਾਗ ਪਲ ਆਈ ਕਿਉਂ ਪਿਆਰਾ ਪ੍ਰੀਤਮ ਮਿਲੈ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵੱਸੈ ਸੰਗਤ ਦੇ ਵਿੱਚ ਪਰਮੇਸ਼ਰ ਵੱਸਦਾ ਹੈ ਸੰਗਤ ਨੂੰ ਹੀ ਭਾਈ ਗੁਰਦਾਸ ਜੀ ਨੇ ਸੱਚਖੰਡ ਦਾ ਰੁਤਬਾ ਦਿੱਤਾ ਹੈ ਸਾਧ ਸੰਗਤ ਸੱਚਖੰਡ ਹੈ ਆਏ ਝਰੋਕੈ ਖੋਲੇ ਬਾਣੀ ਜਿਹੜੀਆਂ ਅਗਿਆਨ ਇੰਦਰੀਆਂ ਹੁੰਦੀਆਂ ਹਨ ਨਾ ਭਾਈ ਉਹਨਾਂ ਨੂੰ ਜਦੋਂ ਜੀਵ ਗੁਰੂ ਦੀ ਸੰਗਤ ਕਰਦਾ ਹੈ ਗੁਰੂ ਸਾਹਿਬਾਂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਉਹਨਾਂ ਅਗਿਆਨ ਇੰਦਰੀਆਂ ਨੂੰ ਵੀ ਗਿਆਨ ਹੋ ਜਾਂਦਾ ਹੈ ਅਸੀਂ ਬਾਣੀ ਪੜ੍ਹਦੇ ਹਾਂ ਕਿਸੇ ਵੇਲੇ ਐਸੀਆਂ ਗੁਰੂ ਸਾਹਿਬਾਂ ਦੀਆਂ ਪੰਗਤੀਆਂ ਆ ਜਾਂਦੀਆਂ ਹਨ ਕਿ ਕਵਾੜ ਖੁੱਲ ਜਾਂਦੇ ਹਨ ਫਿਰ ਜਿਹੜੇ ਬਾਣੀ ਪੜ੍ਹਨ ਵਾਲੇ ਹਨ ਉਹਨਾਂ ਨੂੰ ਸਾਹਿਬ ਦੁਨੀਆਂ ਦਾ ਪ੍ਰੈਕਟੀਕਲ ਵੀ ਕਰਵਾਉਂਦੇ ਹਨ ਕਿ ਇਹ ਸੰਸਾਰ ਜਿਹੜਾ ਕੁਛ ਨਹੀਂ ਹੈ ਸਭ ਝੂਠ ਹੈ ਜਿਹੜੇ ਤੇਰੇ ਸਾਖ ਸੰਬੰਧੀ ਹਨ ਧੀਆਂ ਪੁੱਤਰ ਹਨ ਮਾਂ ਬਾਪ ਹਨ ਯਾਰ ਦੋਸਤ ਹਨ ਸਭ ਝੂਠ ਹੈ ਨਾਵੇਂ ਪਾਤਸ਼ਾਹੀ ਦੀ ਬਾਣੀ ਹੈ ਮਾਤ ਪਿਤਾ ਸੁੱਤ ਬੰਧ ਜਨ ਹਿਤ ਜਾਣਸੀਓ ਕੀਨਾ ਜੀਓ ਛੋਟਿਓ ਜਬ ਦੇਹ ਤੇ ਡਾਰ ਅਗਨ ਮਹਿਲੀ ਜਿਨ੍ਹਾਂ ਨਾਲ ਤੂੰ ਪਿਆਰ ਕਰਦਾ ਹੈ ਨਾ ਭਾਈ ਉਹਨਾਂ ਨੇ ਤੈਨੂੰ ਇੱਕ ਦਿਨ ਅੱਗ ਦੇ ਹਵਾਲੇ ਕਰ ਦੇਣਾ ਤੈਨੂੰ ਪਿੱਠ ਦੇ ਕੇ ਤੇ ਤੁਰ ਪੈਣਾ ਦੁਨੀਆਂ ਦੇ ਕਈ ਹਾਦਸੇ ਤੁਸੀਂ ਦੇਖੇ ਹੋਣਗੇ ਦਾਸ ਨੇ ਬੜਾ ਕੁਛ ਦੇਖਿਆ ਪ੍ਰੈਕਟੀਕਲ ਦੇਖਿਆ ਹੈ ਕੀ ਹੈ ਸੰਸਾਰ ਕੁਛ ਨਹੀਂ ਹੈ ਮੌਤ ਨੂੰ ਵੀ ਦਾਸ ਨੇ ਬੜੀ ਨੇੜਿਓਂ ਦੇਖਿਆ ਹੈ ਅਤੇ ਸਾਹਿਬਾਂ ਨੂੰ ਵੀ ਬਹੁਤ ਨਜ਼ਦੀਕ ਤੋਂ ਦੇਖਿਆ ਕੁਛ ਗੱਜ ਦਾ ਹੀ ਮੌਤ ਦਾ ਫਰਕ ਸੀ ਜੋ ਦਾਸ ਨੇ ਦੇਖਿਆ ਲੇਕਿਨ ਉਸ ਵੇਲੇ ਪਰਮੇਸ਼ੁਰ ਯਾਦ ਆਇਆ ਅਤੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਸੇ ਵੇਲੇ ਹਾਜ਼ਰ ਹੋ ਗਿਆ ਆਖੋ ਧੰਨ ਗੁਰੂ ਨਾਨਕ ਸਾਹਿਬ ਇਹ ਸਮਝਣ ਵਾਲੀ ਗੱਲ ਹੈ ਪਰਮੇਸ਼ੁਰ ਦੂਰ ਨਹੀਂ ਹੈ ਬਿਲਕੁਲ ਨਜ਼ਦੀਕ ਹੈ ਸਾਡਾ ਇਸ ਸੰਸਾਰ ਦੇ ਨਾਲ ਮੋਹ ਨਹੀਂ ਹੈ ਅਸੀਂ ਤੁਹਾਡੇ ਕੋਲ ਵੀ ਆਏ ਹਾਂ ਨਾ ਅੱਡਾ ਲੜਨ ਵਾਸਤੇ ਨਹੀਂ ਆਏ ਸਾਡਾ ਅੰਜਲ ਤੁਹਾਡੇ ਕੋਲ ਖਿੱਚ ਕੇ ਲੈ ਕੇ ਆਇਆ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ
जहां दाने तहां खाने नानका सच है। ये माया जिहड़ी है ना हत्थां दी मैल है, कदी सोचिया है? इस बारे गुरु साहब जी भी फरमान करते हैं, माया रंग बिरंग खिनै मैं, ज्यो बादर की छाया से लाल भए गूढ़े रंग राते, जिन गुरमिल हर हर गाया। भाई इस संसार नूं सत्या करके ना मन्यो, साहबां दा नाम ही सच है, बाकी सब झूठ है। पहले पाछे ने मैं देखिया है कि आसा जी दी वार दा जदों कीर्तन हुंदा संगत बहुत घट हुंदी है, क्योंकि विदेश दे विच इत्थे किरत भी बहुत जरूरी है। पर एक गल नोट करो, जिस दिन छुट्टी हुंदी है ना उस दिन आ के आसा जी दी वार दा कीर्तन जरूर सुनिया करो, साहब उहदे विच बहुत कुछ फरमान करदे हन। पहले पातशाह जी कहिंदे हन, कूड़ राजा, कूड़ प्रजा, कूड़ सब संसार, कूड़ मंडप, कूड़ माड़ी, कूड़ बैसन हार, कूड़ सोइना, कूड़ रुपा, कूड़ पहनन हार। माइया बीबियां, मेरी बेनती है, बाजारों बड़ी महंगी चीज़ खरीद के लियाउंदियां जिन्हों असी सोना कह दिंदे, डायमंड कह दिंदे। गुरु साहिब कहिंदे लिशकां झूठियां हन, रुपा चांदी नूं कहिंदे हन, कहिंदे उह भी झूठ है, जिहड़ा पहनदा है ना उह भी झूठ है। कूड़ सोइना, कूड़ रुपा, कूड़ पहनन हार, कूड़ काया, ये जड़ी काया ये भी झूठ है। पंजा तत्तां दी है, पंजा तत्तां दे विच समा जाणा है इसने। कूड़ काया, कूड़ कपड़, कूड़ रूप अपार, जड़ा रूप है ना गुरु साहब जी सुखनी साहिब दे विच फरमान करदे हन, जो जाने मैं जो बनवंत, सो होवत दृष्टांत। ਕਹਿੰਦੇ ਕੀ ਹੈ? ਕੁਛ ਵੀ ਨਹੀਂ ਹੈ। ਦਾਸ ਨੂੰ ਗੁਰੂ ਸਾਹਿਬਾਂ ਨੇ ਇਤਨਾ ਨਜ਼ਦੀਕ ਕਰ ਦਿੱਤਾ ਹੈ, ਇਸ ਸੰਸਾਰ ਤੋਂ ਦੂਰ ਕਰ ਦਿੱਤਾ ਹੈ। ਕਈ ਜੀਵ ਕਹਿੰਦੇ ਹਨ ਕਿ ਜਦੋਂ ਬਾਣੀ ਪੜ੍ਹਦੇ ਹਾਂ ਮਨ ਨਹੀਂ ਜੁੜਦਾ, ਸੰਸਾਰ ਨੂੰ ਛੱਡ ਦਿਓ ਆਪੇ ਮਨ ਜੁੜ ਜਾਏਗਾ। ਜੋਤੀ ਹੈ, ਇਸ ਸੰਸਾਰ ਤੋਂ ਥੋੜ੍ਹਾ ਦੂਰ ਹੋ ਜਾਓ, ਪਰਮੇਸ਼ੁਰ ਦੇ ਨੇੜੇ ਹੋ ਜਾਓਗੇ। ਜਦੋਂ ਸੰਸਾਰ ਨੂੰ ਫੜੋਗੇ ਦੁੱਖਾਂ ਨੂੰ ਫੜ ਲਓਗੇ, ਜਦੋਂ ਪਰਮੇਸ਼ਰ ਨੂੰ ਫੜੋਗੇ ਤਾਂ ਸੁੱਖਾਂ ਨੂੰ ਫੜ ਲਓ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਜੇ ਅਸੀਂ ਕਹੀਏ ਕਿ ਸੰਸਾਰ ਕੋਈ ਜੀਵ ਵੀ ਖੜਾ ਹੋ ਕੇ ਨਹੀਂ ਕਹਿ ਸਕਦਾ ਕਿ ਮੈਂ ਬੜਾ ਸੁਖੀ ਹਾਂ, ਕਿਤਨਾ ਆਲ ਵਰਲਡ ਦੇ ਵਿੱਚ ਕਿਤਨਾ ਜੀਵ ਵੱਸਦਾ ਹੈ, ਕੋਈ ਇੱਕ ਜਣਾ ਵੀ ਖੜਾ ਹੋ ਕੇ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਸੁਖੀ ਹਾਂ। ਕੋਈ ਨਾ ਕੋਈ ਦੁੱਖ ਪਰਮੇਸ਼ਰ ਨੇ ਜ਼ਰੂਰ ਦਿੱਤਾ ਹੈ। ਜੇ ਕਵੇ ਮੈਂ ਬੜਾ ਸੁਖੀ ਹਾਂ ਤਾਂ ਫਿਰ ਬਾਣੀ ਝੂਠੀ ਹੁੰਦੀ ਹੈ, ਅਤੇ ਬਾਣੀ ਝੂਠੀ ਹੋ ਨਹੀਂ ਸਕਦੀ। ਸਾਹਿਬਾਂ ਦਾ ਫਰਮਾਨ ਹੈ ਨਾ, ਨਾਨਕ ਦੁਖੀਆ ਸਭ ਸੰਸਾਰ ਹੈ ਨਾ। ਬਾਬਾ ਫਰੀਦ ਜੀ ਦੀ ਬਾਣੀ ਹੈ, ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ, ਉੱਚਾ ਚੜ੍ਹ ਕੇ ਦੇਖਿਆ ਘਰ ਘਰ ਇਹ ਹਾਲ। ਇਹ ਸੰਸਾਰ ਜਿਹੜਾ ਹੈ ਇਸ ਨੂੰ ਨਾ ਫੜਿਓ, ਜੇ ਸੁੱਖ ਲੈਣਾ ਹੈ ਤਾਂ ਪਰਮੇਸ਼ਰ ਨੂੰ ਫੜਨਾ। ਜਿਹੜੇ ਸ਼ਖਸੀਅਤਾਂ ਜਿਹੜੀਆਂ ਸਾਡੇ ਤੋਂ ਵਿਛੜੀਆਂ ਹਨ, ਗੁਰੂ ਸਾਹਿਬਾਂ ਨੇ ਉਹਨਾਂ ਨੂੰ ਆਪਣੀ ਗੋਦੀ 'ਚ ਬਿਠਾਇਆ। ਆਓ ਸਾਹਿਬਾਂ ਦੀ ਬਾਣੀ ਦੇ ਨਾਲ ਜੁੜਦੇ ਹਾਂ। ਬਾਣੀ ਦਾ ਕੀਰਤਨ ਸਾਰੇ ਜੀਵ ਕਰਿਆ ਕਰੋ। ਗੁਰੂ ਸਾਹਿਬ ਤੀਸਰੇ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਸਾਹਿਬਾਂ ਦੀ ਬਾਣੀ ਨਾਲ ਜੁੜਿਆ ਕਰੋ। ਗੁਰੂ ਸਾਹਿਬਾਂ ਦੀ ਬਾਣੀ ਕੀ ਫਰਮਾਨ ਕਰਦੀ ਹੈ? ਆਓ ਸਾਹਿਬਾਂ ਦੀ ਬਾਣੀ ਨਾਲ ਜੁੜਦੇ ਹਾਂ। ਸਭ ਕੋ ਤੇਰੇ ਵਸ, ਸਭ ਕੋ ਤੇਰੇ ਵਸ, ਹਰ ਜੀਓ ਹਰ
Yeah.
Hare Jio, Hare Jio, Hare Jio.
ਤੁਰ